ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਸਾਰਿਆਂ ਦਾ ਜਿੰਨੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਸਾਰੇ ਵੀਰਾਂ ਦਾ ਆਪਣੇ ਚੈਨਲ ਟਰੈਕਟਰ ਮੰਡੀ ਤੇ ਸਵਾਗਤ ਕਰਦੇ ਹਾਂ ਜੀ। ਜੇਕਰ ਕਿਸੇ ਵੀਰ ਨੇ ਐਡ ਕਰਾਉਣੀ ਹੈ ਆਪਣੇ ਚੈਨਲ ਤੇ ਤਾਂ ਮੇਰਾ WhatsApp ਨੰਬਰ ਨੋਟ ਕਰ ਲਓ ਜੀ 7693629488। ਇਸੇ ਨੰਬਰ ਤੇ ਚਾਰ ਪੰਜ ਫੋਟੋਆਂ ਸੈਂਡ ਕਰ ਦਿਓ, ਬਾਕੀ ਤੁਹਾਡੀ ਮਸ਼ੀਨਰੀ ਦੀ ਸਾਰੀ ਜਾਣਕਾਰੀ ਦੇ ਨਾਲ ਬਿਲਕੁਲ ਫ੍ਰੀ ਦੇ ਵਿੱਚ ਐਡ ਕਰ ਦਾਂਗੇ, ਕੋਈ ਕਮਿਸ਼ਨ ਨਹੀਂ ਲੈਂਦੇ ਆਪਾਂ, ਕੋਈ ਖਰਚਾ ਨਹੀਂ ਲੈਂਦੇ ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਵੀਡੀਓ ਦੀ, ਵੀਡੀਓ ਸਟਾਰਟ ਕਰਦੇ ਹਾਂ। ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਗੱਡੀਆਂ ਲੈ ਕੇ ਹਾਜ਼ਰ ਹਾਂ ਜੀ, ਤੇ ਸਾਰੇ ਦੀਆਂ ਸਾਰੀਆਂ ਗੱਡੀਆਂ ਬਿਲਕੁਲ ਸਾਫ ਤੇ ਵਧੀਆ ਕੰਡੀਸ਼ਨ ਦੀਆਂ ਨੇ। ਤੇ ਸਭ ਤੋਂ ਪਹਿਲਾਂ ਆਪਾਂ ਜਿਨ੍ਹਾਂ ਵਿੱਚੋਂ ਗੱਲ ਕਰਦੇ ਹਾਂ ਜੀ ਟੋਇਟਾ ਦੀ ਇਨੋਵਾ ਗੱਡੀ ਦੀ, 2012 ਮਾਡਲ ਹੈ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਜੀ ਆਹ, ਤੇ 374,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ। ਤੇ ਰੰਗ ਪੈਂਟ ਦੀ ਗੱਲ ਕਰੀਏ, ਬਿਲਕੁਲ ਸਾਫ ਸੁਥਰਾ ਰੰਗ ਪੈਂਟ ਹੈ, ਕੋਈ ਐਕਸੀਡੈਂਟ ਨਹੀਂ ਹੋਈ ਗੱਡੀ, ਨੋਨ ਐਕਸੀਡੈਂਟ ਗੱਡੀ ਹੈ, PV ਨੰਬਰ ਹੈ ਗੱਡੀ ਦਾ, ਤੇ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ। ਅੰਦਰੋਂ ਗੱਲ ਕਰੀਏ ਸੀਟ ਕਵਰ ਚੜਵਾ ਰੱਖਿਆ ਵੀ ਇਹਨੇ, ਮੈਟਿੰਗ ਕਰਵਾਈ ਹੋਈ ਹੈ, ਤੇ ਸਰਵਿਸ ਵਗੈਰਾ ਸਾਰੀ ਹੋਈ ਹੈ ਜੀ ਗੱਡੀ ਦੀ, ਕੋਈ ਕਮੀ ਨਹੀਂ ਗੱਡੀ 'ਚ, ਕਾਗਜ਼ ਪੱਤਰ ਕੰਪਲੀਟ ਹੈ। ਤੇ ਅੰਮ੍ਰਿਤਸਰ ਇਹਨਾਂ ਦਾ ਏਰੀਆ ਜੀ, 6,40,000 ਵੀ ਨੇ ਡਿਮਾਂਡ ਰੱਖੀ ਹੈ ਗੱਡੀ ਦੀ, ਬਾਕੀ ਕਹਿੰਦੇ ਸੀ ਮੌਕੇ ਤੇ ਹਲਕਾ ਫੁਲਕਾ ਜਿੰਨਾ ਹੋ ਸਕਦਾ ਹੈ ਲੈਸ ਕਰ ਲਾਂਗੇ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ 98-143-78-751, ਇਹਨਾਂ ਨੂੰ ਫੋਨ ਕਰਕੇ ਤੁਸੀਂ ਅੰਮ੍ਰਿਤਸਰ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ। ਕੋਈ ਵੀਰ ਗੱਡੀ ਖਰੀਦਣ ਦਾ ਚਾਹਵਾਨ ਆ, ਦੇਖ ਕੇ ਤੇ ਖਰੀਦ ਸਕਦੇ ਹੋ। ਤੇ ਅੱਗੇ ਆਪਾਂ ਤੁਹਾਡੇ ਲਈ ਇੱਕ ਮੋਟਰਸਾਈਕਲ ਲੈ ਕੇ ਹਾਜ਼ਰ ਹਾਂ ਜੀ, ਰੋਇਲ ਇਨਫੀਲਡ ਵਾਲਿਆਂ ਦਾ GT ਮੋਟਰਸਾਈਕਲ ਹੈ ਜੀ ਆਹ, 2015 ਮਾਡਲ ਆ ਆਹ, ਤੇ ਵੀਰ ਨੇ ਬਹੁਤ ਹੀ ਘੱਟ ਚਲਾਇਆ ਜੀ, ਤੇ ਸ਼ੌਂਕ ਨਾਲ ਲਿਆਇਆ ਸੀ ਵੀਰ, ਤੇ ਕਿਸੇ ਕਾਰਨ ਹੁਣ ਵੇਚ ਰਹੇ ਨੇ। 3780 ਕਿਲੋਮੀਟਰ ਕੁੱਲ ਚੱਲਿਆ ਹੋਇਆ ਜੀ, ਤੇ ਬਹੁਤ ਹੀ ਸੰਭਾਈ 'ਚ ਵੀਰ ਨੇ ਰੱਖਿਆ ਜੀ, ਸਰਵਿਸ ਵੀਰ ਨੇ ਸਾਰੀ ਕਰਵਾਈ ਹੋਈ ਹੈ ਜੀ, ਤੇ ਕੋਈ ਕੰਮ ਨਹੀਂ ਭਾਲਦਾ, ਕਾਗਜ਼ ਪੱਤਰ ਕੰਪਲੀਟ ਹੈ, ਤੇ ਬਿਲਕੁਲ ਨਵੇਂ ਟਾਇਰ ਨੇ, ਤੇ ਬਹੁਤ ਹੀ ਸੋਹਣਾ ਮੋਟਰਸਾਈਕਲ ਹੈ ਜੀ। ਬਾਕੀ ਕਿਸੇ ਵੀਰ ਨੇ ਦੇਖਣਾ ਹੋਵੇ ਗੁਰਦਾਸਪੁਰ ਇਹਨਾਂ ਦਾ ਏਰੀਆ ਜੀ, ਤੇ 1,40,000 ਮੋਟਰਸਾਈਕਲ ਦੀ ਡਿਮਾਂਡ ਹੈ ਜੀ, ਬਾਕੀ ਜਿੰਨਾ ਹੋ ਸਕਦਾ ਮੌਕੇ ਤੇ ਵੀਰ ਕਹਿੰਦੇ ਸੀਗੇ ਲੈਸ ਕਰ ਲਾਂਗੇ। ਸਰਵਿਸ ਕਰਵਾਈ ਹੋਈ ਹੈ, ਕਾਗਜ਼ ਪੱਤਰ ਕੰਪਲੀਟ ਹੈ ਜੀ, ਕੋਈ ਡਿੱਗਿਆ ਨਹੀਂ ਹੋਇਆ, ਕੋਈ ਐਕਸੀਡੈਂਟ ਨਹੀਂ ਹੋਇਆ, ਤੇ ਜਿੰਨਾ ਵੀ ਰੰਗ ਪੇਂਟ ਆ ਪੂਰਾ ਵਧੀਆ ਤੇ ਸ਼ਾਈਨਿੰਗ ਦੇ ਵਿੱਚ ਪਿਆ ਜੀ, ਕੋਈ ਕਮੀ ਨਹੀਂ ਚਲਾਉਣ 'ਚ। ਬਾਕੀ ਤੁਸੀਂ ਜਾ ਕੇ ਗੁਰਦਾਸਪੁਰ ਚੈੱਕ ਕਰ ਸਕਦੇ ਹੋ, ਕਾਗਜ਼ ਪੱਤਰ ਚੈੱਕ ਕਰਕੇ ਚਲਾ ਕੇ ਆਪਦੀ ਪੂਰੀ ਤਸੱਲੀ ਕਰਕੇ ਮੋਟਰਸਾਈਕਲ ਤੁਸੀਂ ਖਰੀਦ ਸਕਦੇ ਹੋ। ਅੱਗੇ ਤੁਸੀਂ ਦੇਖ ਰਹੇ ਹੋ ਜੀ ਪੋਂਟੋ ਵਾਲਿਆਂ ਦੀ ਫੀਏਟ ਗੱਡੀ ਹੈ ਜੀ ਆਹ, ਤੇ 2009 ਮਾਡਲ ਗੱਡੀ ਆਹ, ਰੰਗ ਪੈਂਟ ਦੀ ਗੱਲ ਕਰੀਏ ਬਿਲਕੁਲ ਸਾਫ ਸੁਥਰਾ ਰੰਗ ਪੈਂਟ ਹੈ, ਕਿਸੇ ਪਾਸੋਂ ਕੋਈ ਕਮੀ ਨਹੀਂ ਰੰਗ ਪੈਂਟ 'ਚ, ਨੋਨ ਐਕਸੀਡੈਂਟ ਗੱਡੀ ਹੈ, ਤੁਹਾਨੂੰ ਕੋਈ ਸਕ੍ਰੈਚ ਦੇਖਣ ਨੂੰ ਨਹੀਂ ਮਿਲੂਗਾ, ਨਾ ਕੋਈ ਡੈਂਟ ਦੇਖਣ ਨੂੰ ਮਿਲੂਗਾ, ਕਿਸੇ ਪਾਸੋਂ ਕੋਈ ਪਾਰਟੇ ਦਾ ਰੰਗ ਨਹੀਂ ਹੋਇਆ ਜੀ, ਜਿਹੜਾ ਕੰਪਨੀ ਬੁਲਾਉਂਦਾ ਉਹੀ ਰੰਗ ਹੈ। 1,200 ਕਿਲੋਮੀਟਰ ਚੱਲੀ ਹੋਈ ਹੈ ਜੀ ਗੱਡੀ ਆਹ, ਬਿਲਕੁਲ ਵਧੀਆ ਕੰਡੀਸ਼ਨ ਹੈ ਗੱਡੀ ਦੀ, ਰੋਪੜ ਖੜੀ ਹੈ ਜੀ ਆਹ ਗੱਡੀ, ਰੋਪੜ ਇਹਨਾਂ ਦਾ ਏਰੀਆ। ਤੇ ਟਾਇਰਾਂ ਦੀ ਗੱਲ ਕਰੀਏ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ, ਤੇ ਚਾਰੋਂ ਟਾਇਰਾਂ 'ਚ ਲਾਈਵ ਵੀਲ ਪਾਏ ਹੋਏ ਹੈ, ਸਾਫ ਸੁਥਰੇ ਵਧੀਆ ਲਾਈਵ ਵੀਲ ਨੇ ਤੇ ਸਾਫ ਸੁਥਰੇ ਵਧੀਆ ਟਾਇਰ ਨੇ ਜੀ। ਅੰਦਰੋਂ ਗੱਲ ਕਰੀਏ ਸੀਟ ਕਵਰ ਚੜਵਾ ਰੱਖਿਆ ਵੀਰ ਨੇ, ਮੈਟਿੰਗ ਕਰਵਾਈ ਹੋਈ ਹੈ, ਕਾਗਜ਼ ਪੱਤਰ ਕੰਪਲੀਟ ਹੈ ਜੀ, ਤੇ ਏਸੀ ਹੀਟਰ ਚੱਲਦਾ ਹੈ, ਸਰਵਿਸ ਸਾਰੀ ਹੋਈ ਹੈ ਗੱਡੀ ਦੀ, ਤੇ 1,15,000 ਗੱਡੀ ਦੀ ਡਿਮਾਂਡ ਹੈ, ਬਾਕੀ ਜਿੰਨਾ ਹੋ ਸਕਦਾ ਮੌਕੇ ਤੇ ਵੀ ਲੈਸ ਕਰ ਲੈਣਗੇ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ 81,466-44,481 ਜੀ, ਬਾਕੀ ਕਿਸੇ ਵੀਰ ਨੇ ਗੱਡੀ ਦੇਖਣੀ ਹੋਵੇ ਰੋਪੜ ਜਾ ਕੇ ਗੱਡੀ ਤੁਸੀਂ ਦੇਖ ਸਕਦੇ ਹੋ, ਚਲਾ ਕੇ ਦੇਖ ਸਕਦੇ ਹੋ, ਆਪਦੀ ਪੂਰੀ ਤਸੱਲੀ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ। ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਅਲਟੋ LXI ਗੱਡੀ ਜੀ, 2010 ਮਾਡਲ ਗੱਡੀ ਆ, ਤੇ ਬਿਲਕੁਲ ਵਧੀਆ ਕੰਡੀਸ਼ਨ ਹੈ, 2010 ਮਾਡਲ ਦੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਸਾਫ਼ ਪਈ ਹੈ ਜੀ, ਤੇ ਬਹੁਤ ਹੀ ਸ਼ੌਂਕ ਨਾਲ ਤੇ ਬਹੁਤ ਹੀ ਸੰਭਾਈ ਦੇ ਵਿੱਚ ਵੀ ਇਹਨੇ ਰੱਖੀ ਹੈ, ਬਿਲਕੁਲ ਨਵੇਂ ਟਾਇਰ ਨੇ ਜੀ ਚਾਰੋਂ, ਤੇ ਚਾਰੋਂ ਟਾਇਰਾਂ 'ਚ ਲਾਈਵ ਵੀਲ ਪੂਰੇ ਸੋਹਣੇ ਪਾਏ ਹੋਏ ਹੈ, ਕਾਗਜ਼ ਪੱਤਰ ਕੰਪਲੀਟ ਹੈ। ਜੇਕਰ ਗੱਡੀ ਦੀ ਗੱਲ ਕਰੀਏ ਰੰਗ ਪੈਂਟ ਦੀ ਗੱਲ ਕਰੀਏ, ਬਿਲਕੁਲ ਸਾਫ਼ ਸੁਥਰਾ ਰੰਗ ਹੈ ਜੀ, ਜਿਹੜਾ ਕੰਪਨੀ ਵੱਲੋਂ ਦਾ ਉਹੀ ਰੰਗ ਪੈਂਟ ਹੈ, ਕਿਸੇ ਪਾਸੋਂ ਰੰਗ ਪੈਂਟ ਨਹੀਂ ਹੋਈ, ਕੋਈ ਐਕਸੀਡੈਂਟ ਨਹੀਂ ਹੋਈ, ਤੇ ਵਧੀਆ ਇੰਜਣ ਹੈ, ਕਿਸੇ ਪਾਸੋਂ ਕੋਈ ਲੀਕੇਜ ਨਹੀਂ ਹੈਗੀ ਜੀ,
ਅਤੇ ਅੰਦਰੋਂ ਗੱਲ ਕਰੀਏ ਮੈਟਿੰਗ ਵੀ ਇਹਨੇ ਕਰਵਾ ਰੱਖੀ ਹੈ। ਏਸੀ ਹੀਟਰ ਚੱਲਦਾ ਜੀ, ਕਾਗਜ਼ ਪੱਤਰ ਕੰਪਲੀਟ ਹੈ, ਸੀਟ ਕਵਰ ਜਿੰਨੇ ਹੁੰਦੇ ਹੈ ਸਾਰੇ ਟੌਪ ਕਲਾਸ ਦੇ ਪੂਰੇ ਵਧੀਆ ਚੜਵਾ ਰੱਖੇ ਵੀ ਇਹਨੇ, ਅਤੇ ਸਾਰਾ ਕੁਛ ਓਕੇ ਹੈ ਗੱਡੀ ਦਾ, ਕੋਈ ਕਮੀ ਨਹੀਂ ਗੱਡੀ 'ਚ। ਜਗਰਾਉਂ ਗੱਡੀ ਖੜੀ ਹੈ ਜੀ, ਆਹ ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਦਾ ਏਰੀਆ ਜੀ ਜਗਰਾਉਂ। 1,95,000 ਗੱਡੀ ਦੀ ਡਿਮਾਂਡ ਹੈ ਜੀ, ਬਾਕੀ ਜਿੰਨਾ ਹੋ ਸਕਦਾ ਮੌਕੇ 'ਤੇ ਵੀ ਲੈਸ ਕਰ ਦੇਣਗੇ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, 97,90,90,865। ਬਾਕੀ ਕਿਸੇ ਵੀ ਨੇ ਗੱਡੀ ਦੇਖਣੀ ਹੋਵੇ, ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈ, ਜਗਰਾਉਂ ਜਾ ਕੇ ਕਾਗਜ਼ ਪੱਤਰ ਚੈੱਕ ਕਰਕੇ ਆਪਦੀ ਪੂਰੀ ਤਸੱਲੀ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਅੱਗੇ ਤੁਸੀਂ ਦੇਖ ਰਹੇ ਹੋ ਜੀ ਸਵਿਫਟ BDI ਗੱਡੀ ਜੀ, ਸਿਲਵਰ ਰੰਗ ਦੀ ਗੱਡੀ ਹੈ ਜੀ ਆਹ, ਅਤੇ ਮਾਡਲ ਹੈ ਗੱਡੀ ਦਾ 2014, 2014 ਮਹੀਨੇ ਦੇ ਲਾਸਟ 'ਚ ਆਈ ਹੈ ਗੱਡੀ ਆਹ, ਅਤੇ 41,000 ਕਿਲੋਮੀਟਰ ਚੱਲੀ ਹੋਈ ਹੈ ਜੀ। ਓਰੀਜਿਨਲ ਗੱਡੀ ਚੱਲੀ ਹੈ ਜੀ, ਸਰਵਿਸ ਕਾਪੀ ਅਤੇ ਬਾਕੀ ਜਿੰਨੀ ਚੱਲੀ ਹੁੰਦੀ ਹੈ ਉਹ ਲਿਖਿਆ ਹੋਇਆ ਜੀ। ਅਤੇ ਖਨੌਰੀ ਕੋਲ ਇਹਨਾਂ ਦਾ ਏਰੀਆ ਜੀ, ਹਰਿਆਣਾ ਨੰਬਰ ਗੱਡੀ ਹੈ, ਅਤੇ ਗੱਡੀ ਬਿਲਕੁਲ ਸ਼ੋਰੂਮ ਕੰਡੀਸ਼ਨ ਪਈ ਹੈ ਵੀ ਇਹਨੇ ਦੱਸਿਆ। ਰੰਗ ਪੈਡ ਜਿੰਨਾ ਵੀ ਹੈ ਜੀ ਸਾਰਾ ਪੂਰਾ ਸ਼ਾਈਨਿੰਗ ਦੇ ਵਿੱਚ ਵਧੀਆ ਸੋਹਣਾ ਰੰਗ ਪੈਡ ਪਿਆ ਜੀ, ਕਿਸੇ ਪਾਸੋਂ ਕੋਈ ਕਮੀ ਨਹੀਂ ਕਹਿੰਦੇ ਗੱਡੀ 'ਚ, ਅਤੇ ਸਰਵਿਸ ਵਗੈਰਾ ਟਾਈਮ 'ਤੇ ਕਰਾਉਣੀ ਹੈ ਅਤੇ ਕਰਵਾਈ ਹੋਈ ਹੈ ਜੀ। ਨਵੇਂ ਟਾਇਰ ਨੇ ਜੀ ਚਾਰੋਂ, ਅਤੇ ਚਾਰੋਂ ਟਾਇਰ ਬਿਲਕੁਲ ਕੰਪਨੀ ਦੇ ਹੈ ਜੀ। 385,000 ਗੱਡੀ ਦੀ ਡਿਮਾਂਡ ਰੱਖੀ ਹੈ ਵੀਰ ਨੇ, ਬਾਕੀ ਕਹਿੰਦੇ ਅਸੀਂ ਜਿੰਨਾ ਹੋ ਸਕਦਾ ਮੌਕੇ 'ਤੇ ਕਰ ਲਾਂਗੇ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ, 81,400, 49,348। ਖਨੌਰੀ ਕੋਲ ਇਹਨਾਂ ਦਾ ਏਰੀਆ ਜੀ, ਉੱਥੇ ਜਾ ਕੇ ਗੱਡੀ ਤੁਸੀਂ ਦੇਖ ਸਕਦੇ ਹੋ, ਅਤੇ ਕਾਗਜ਼ ਪੱਤਰ ਚੈੱਕ ਕਰਕੇ ਆਪਦੀ ਪੂਰੀ ਤਸੱਲੀ ਕਰਕੇ ਸਾਰੀ ਗੱਡੀ ਦੇਖ ਕੇ ਚਲਾ ਕੇ ਅਤੇ ਗੱਡੀ ਤੁਸੀਂ ਖਰੀਦ ਸਕਦੇ ਹੋ। ਬਾਕੀ ਬਿਲਕੁਲ ਸਾਫ਼ ਸੁਥਰੀ ਗੱਡੀ ਹੈ, ਸਾਰਾ ਕੁਝ ਓਕੇ ਹੈ, ਮੈਟਿੰਗ ਕਰਵਾਈ ਹੋਈ ਹੈ, ਏਸੀ ਹੀਟਰ ਚੱਲਦਾ ਜੀ, ਅਤੇ ਸੀਟ ਕਵਰ ਚੜੇ ਹੋਏ ਹੈ, ਗੱਡੀ 'ਚ ਕੋਈ ਕਮੀ ਨਹੀਂ, ਬਹੁਤ ਹੀ ਸ਼ੌਂਕ ਨਾਲ ਵੀਰ ਨੇ ਰੱਖੀ ਜੀ। ਅਤੇ ਹੁਣ ਵੀਰ ਵੇਚ ਰਹੇ ਨੇ, ਕਿਸੇ ਵੀਰ ਨੂੰ ਲੋੜ ਹੈ ਜਾਂ ਕਿਸੇ ਵੀਰ ਨੇ ਖਰੀਦਣੀ ਹੋਵੇ ਸਵਿਫਟ ਗੱਡੀ, ਤੁਸੀਂ ਖਰੀਦ ਸਕਦੇ ਹੋ। ਅਤੇ ਅੱਜ ਲਈ ਇਹਨੇ ਜੀ, ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਥੱਲੇ ਇੱਕ ਲਾਲ ਰੰਗ ਦਾ ਬਟਨ ਹੈ ਜੀ ਸਬਸਕ੍ਰਾਈਬ ਵਾਲਾ, ਉਹਨੂੰ ਜ਼ਰੂਰ ਦੱਬ ਦਿਓ, ਨਾਲ ਇੱਕ ਬੈੱਲ ਆਈਕਨ ਹੋਊਗਾ ਉਹਨੂੰ ਆਲ 'ਤੇ ਸੈੱਟ ਕਰਕੇ ਕਲਿੱਕ ਕਰ ਦਿਓ ਜੀ, ਅਤੇ ਜਦੋਂ ਨਵੀਂ ਵੀਡੀਓ ਪਾਵਾਂਗੇ ਤੁਰਤ ਪੈਰ ਤੁਹਾਡੇ ਕੋਲ ਨਵੀਂ ਵੀਡੀਓ ਦਾ ਮੈਸੇਜ ਚਲਾ ਜਾਊਗਾ ਜੀ। ਅਤੇ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ, ਅਤੇ ਮਿਲਦੇ ਹਾਂ ਜੀ ਕਿਸੇ ਇੱਕ ਨਵੀਂ ਵੀਡੀਓ 'ਤੇ ਨਵੀਂ ਮਸ਼ੀਨਰੀਆਂ ਦੇ ਨਾਲ।